ਕਰਦੇ ਹੋ ਚੋਰੀ ਵੀ ਆ ਗਿਆ ਪਿੰਡ ਦਾ ਤੁਸੀਂ ਕੌਣ ਪੈਟਰੋਲ ਵਿਚ ਇੰਡੀਆ ਮੰਦਿਰ ਚ ਵੜ ਕੇ ਭਗਵਾਨ ਨੂੰ ਕਹਿੰਦਾ ਭਗਵਾਨ ਮੁਝੇ ਰਿਕਸ਼ਾ ਦੇਣਾ ਭਗਵਾਨ ਕਹਿੰਦਾ ਨਹੀਂ ਦਿਆ ਉਹ ਮੇਰੇ ਕੋਲ ਰਿਕਸ਼ਾ ਆਉਂਦਾ ਆਪ ਮੈਂ ਸੰਡੇ ਤੇ ਬੈਠਾ ਹੁੰਦਾ ਸ਼ੁਰੂ ਹੋ ਇਹਦਾ ਜਵਾਬ ਦੇਣਾ ਇੱਥੇ ਜਵਾਬ ਦਿੰਦਾ ਆਵਾਜ਼ ਇਹ ਇੱਕ ਬਾਜ਼ਾਰ ਦੇ ਵਿੱਚ ਲੰਘਦਾ ਸੀ ਤੋਤਿਆਂ ਦੀ ਦੁਕਾਨ ਤੇ ਇੱਕ ਤੋਤਾ ਇਹਨੂੰ ਰੋਜ਼ ਆਖੇ ਉਹ ਕੰਜਰਾ ਇਹਨੂੰ ਬੜਾ ਗੁੱਸਾ ਚੜਿਆ ਮਾਲਕ ਕੋਲ ਗਿਆ ਉਹਨੇ ਆਖਿਆ ਤੇਰਾ ਤੋਤਾ ਮੈਨੂੰ ਹਰ ਵਾਰੀ ਆਉਂਦਾ ਕੰਜਰ ਉਹਨੇ ਆਖਿਆ ਕੱਲ ਤੋਂ ਨਹੀਂ ਆਖੇਗਾ ਅਗਲੇ ਦਿਨ ਗਿਆ ਤੋਤਾ ਇਹਨੂੰ ਆਉਂਦਾ ਓ ਇਹਨੂੰ ਪਿੱਛੇ ਮੁੜ ਕੇ ਵੇਖਿਆ ਤੋਤਾ ਆਉਂਦਾ ਸਮਝ ਤੇ ਗਿਆ ਹੀ ਹੋਏਗਾ ਇਹ ਕੀ ਬਣਿਆ ਤੋਤੇ ਦਾ ਇੱਥੇ ਖਲੋਤਾ ਮੁੱਛਾਂ ਰੱਖ ਕੇ ਤੁਹਾਡਾ ਨੀ ਜ਼ਿਕਰ ਹੋਇਆ ਚਾਂਦ ਰਾਤ ਨੂੰ ਇਹਨੂੰ ਇਹਦੇ ਪਿਓ ਨੇ ਕਿਹਾ ਜਾ ਛੱਤ ਤੇ ਵੇਖ ਕੇ ਚੰਨ ਚੜੇ ਆ ਇਹ ਥੱਲੇ ਆਣ ਕੇ ਕਹਿੰਦਾ ਅੱਬਾ ਜੀ ਉਹ ਤੇ ਉਤਰ ਕੇ ਪੈਸੇ ਵੀ ਦੇ ਗਏ ਆ ਉਹ ਇਹਦਾ ਜਵਾਬ ਦੇਣਾ ਹੈ ਪਤਾ ਨੀ ਪੈਸੇ ਤੁਸੀਂ ਫੜੇ ਕਿ ਮੈਂ ਫੜੇ ਸੀ ਇਹਨੇ ਨਵਾਂ ਨਵਾਂ ਘਰ ਬਣਾਇਆ ਮੈਨੂੰ ਕਹਿੰਦਾ ਆ ਤੈਨੂੰ ਆਪਣਾ ਘਰ ਵਾਵਾ ਮੈਂ ਨਾਲ ਲੈ ਗਿਆ ਮੈਨੂੰ ਜਾ ਕੇ ਨਾ ਆ ਮੇਰਾ ਗਰਾਜ ਜੀ ਆ ਮੇਰਾ ਟੀਵੀ ਲਾਓ ਜੀ ਆ ਤੈਨੂੰ ਬੈਡਰੂਮ ਵਾਵਾ ਇਹਨੇ ਬੈਡਰੂਮ ਦਾ ਦਰਵਾਜ਼ਾ ਖੋਲਿਆ ਇਹਦੀ ਬੋਟੀ ਲੈ ਲਹਿਰ ਬੰਦਾ ਬੈਠਾ ਬਗੈਰਤ ਸ਼ਰਮਿੰਦਾ ਨਹੀਂ ਹੋਇਆ ਦਰਵਾਜ਼ਾ ਖੋਲ ਕਹਿੰਦਾ ਉਹ ਮੇਰੀ ਬੋਟੀ ਆ ਉਹ ਮੈਂ ਇਹਦਾ ਜਵਾਬ ਦੇਣਾ ਮੈਨੂੰ ਕੀ ਪਤਾ ਉਹ ਬੰਦਾ ਤੇ ਮੈਂ ਸਾਂ ਇਹ ਆਪਣੇ ਘਰ ਗਿਆ ਅੱਛਾ ਇਹਨੇ ਆਪਣੇ ਘਰ ਦਾ ਬੂਹਾ ਖੜਕਾਇਆ ਇਹਦੀ ਬੀਵੀ ਕੋਲ ਇੱਕ ਗੈਰ ਬੰਦਾ ਬੈਠਾ ਸੀ ਅੱਛਾ ਉਹਨੇ ਫਟਾਫਟ ਉਹਨੂੰ ਕੱਪੜਿਆਂ ਦੀ ਅਲਮਾਰੀ ਚ ਲੁਕਾ ਦਿੱਤਾ ਬੂਹਾ ਖੋਲੇ ਅੰਦਰ ਆਇਆ ਇਹਨੂੰ ਇਹਦੀ ਜਨਾਨੀ ਆਂਦੀ ਤੁਸੀਂ ਮੈਨੂੰ ਕੱਪੜੇ ਨਹੀਂ ਲੈ ਕੇ ਦਿੰਦੇ ਉਹ ਲੈ ਗਈ ਉਹਨੇ ਅਲਮਾਰੀ ਖੋਲੀ ਆਂਦਾ ਆਹ ਸਾੜੀ ਤੈਨੂੰ ਮੈਂ ਪਰਸੋਂ ਲੈ ਕੇ ਦਿੱਤੀ ਆਹ ਗਰਾਰਾ ਤੈਨੂੰ ਮੈਂ ਕੱਲ ਲੈ ਕੇ ਦਿੱਤਾ ਅੱਗੇ ਖਲੋਤਾ ਸੀ ਬੰਦਾ ਸ਼ਰਮਿੰਦਾ ਨਹੀਂ ਹੋਇਆ ਉਹਨੂੰ ਆਂਦਾ ਠਾਕਰ ਕੀ ਹਾਲ ਹੈ ਠਾਕਰ ਅਲਮਾਰੀ ਚੋਂ ਫੜਿਆ ਜਾਂਦਾ ਬਗੈਰ ਸੁਹਾਗ ਰਾਤ ਨੂੰ ਆਪਣੇ ਮੂੰਹ ਚ ਪੱਤੀ ਪਾ ਕੇ ਫਿਰਦੇ ਆ ਮੈਂ ਕਿਹਾ ਕੀ ਕਰਨਾ ਹੈ ਕਹਿੰਦਾ ਯਾਰ ਅੱਜ ਦੁੱਧ ਪੱਤੀ ਪੀਣੀ ਹੈ ਬਿਲਕੁਲ ਸਹੀ ਹੈ ਇਹ ਗੱਲ ਬਿਲਕੁਲ ਹੋਈ ਹੈ ਜੀ ਮੈਂ ਮੰਨਣਾ ਇਸ ਗੱਲ ਪੱਤੀ ਕਿੱਥੇ ਹੁਣ ਬੇ ਮੇਰੇ ਗੱਲ ਸੁਣੋ ਮੇਰੀ ਸੁਹਾਗ ਰਾਤ ਇਹਨਾਂ ਤੇ ਨਹੀਂ ਨਾ ਪਤਾ ਇਹ ਆਪਣੀ ਸੁਹਾਗ ਰਾਤ ਦੀ ਵਾਰ ਦਾ ਸੁਣਾ ਰਿਹਾ ਇਹਦੀ ਸੁਹਾਗ ਰਾਤ ਤੇ ਮੈਂ ਕਿਹਾ ਪੱਤੀ ਮੇਰੇ ਮੂੰਹ ਹੀ ਸੀ ਉਸ ਤੋਂ ਬਾਅਦ ਮੈਂ ਦੁੱਧ ਪੱਤੀ ਪੀਤੀ ਮਸ਼ੂਕ ਆ ਤੂੰ ਅੱਛਾ ਉਹਦਾ ਨਾਮ ਮੇਰੇ ਜ਼ਿਹਨ ਚ ਆ ਗਿਆ ਅਮਾਮਦੀਨ ਬਬਲੀ ਚੱਲ ਇੱਥੇ ਖੁਸਰਾ ਨਹੀਂ ਵੀ ਆ ਨਾ ਹਾਂਜੀ ਤੇ ਤੂੰ ਆਪਣਾ ਜ਼ੇਨ ਤਾਂਗੜ ਮੁਤਲਕ ਬਣਾ ਕੇ ਰੱਖਣਾ ਚਾਚਾ ਮਨਾਲਾ ਮੁੱਛਾਂ ਅੱਜ ਉਹ ਮੈਂ ਕਿਹਾ ਜ਼ਮੀਨ ਨੇ ਖੁਸਰੇ ਪਿੱਛੇ ਵੇਚਾ ਮਸ਼ਹੂਰ ਮੈਂ ਤੇ ਆਪਣੇ ਮੁਰਸ਼ਦ ਦੀ ਨੀ ਮੰਨੀ ਉਹ ਕਿਉਂ ਮੁਰਸ਼ਦ ਕਹਿੰਦਾ ਖੁਸਰੇ ਮਗਰ ਪਿਰਨਾ ਫਿਰ ਮੁਰਸ਼ਦ ਮੇਰਾ ਮੈਨੂੰ ਹੀ ਜ਼ਲੀਲ ਕਰਾਉਣ ਲੱਗਾ ਕਿਸ ਤਰ੍ਹਾਂ ਉਹ ਕਿਵੇਂ ਉਹ ਮੈਨੂੰ ਇੱਕ ਦਾਵਤ ਲੈ ਕੇ ਉਹ ਮਰੀਦ ਉਹਦਾ ਐਡਾ ਅਮੀਰ ਉਹਨੇ ਨਾਲ ਸੋਨੇ ਦੇ ਚਮਚ ਦਿੱਤੇ ਮੁਰਸ਼ਦ ਨੇ ਵੇਖਿਆ ਸੋਨੇ ਦਾ ਚਮਚ ਉਹਨੇ ਆਪਣੀ ਜੇਬ ਚ ਪਾ ਲਿਆ ਉਹ ਮੇਰਾ ਧਿਆਨ ਪੈ ਗਿਆ ਮੈਂ ਕਿਹਾ ਲਾ ਵੀ ਤਾਂਗੜਾਂ ਲੱਗੀਆਂ ਤੈਨੂੰ ਵੀ ਪੈਣ ਆ ਜੇ ਤੇ ਅੱਛਾ ਮੈਂ ਵੀ ਫਿਰ ਰੌਲਾ ਪਾਤਾ ਮੈਂ ਕਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਮੁਰਸ਼ਦ ਤੇ ਕਰਾਮਾਤ ਪਾਵਾਂ ਕਹਿੰਦੇ ਵਹਾਓ ਮੈਂ ਕਿਹਾ ਮੇਰੇ ਹੱਥ 'ਚ ਕੀ ਕਹਿੰਦੇ ਸੋਨੇ ਦਾ ਚਮਚ ਮੈਂ ਕਿਹਾ ਵੇਖੋ ਪਾਵਾਂਗਾ ਮੈਂ ਆਪਣੀ ਜੇਬ 'ਚ ਨਿਕਲੇਗਾ ਮੁਰਸ਼ਦ ਦੀ ਜੇਬ ਕੋਈ ਮੁਰਸ਼ਦ ਲੱਭ ਅੱਛਾ ਕਿਸੇ ਦਾ ਮੁਰੀਦ ਹੋ ਜਾ ਫਿਰ ਮੈਂ ਘਰ ਜਾ ਕੇ ਰਨ ਮੁਰੀਦ ਹੋ ਗਿਆ ਉਹ ਬੈੜੀ ਫਿਰ ਮੇਰੇ ਨਾਲ ਹੋਈ ਉਹ ਯਾਰ ਖੁਸਰਾ ਬੁਲਾਓ ਕਿੱਥੇ ਆ ਉਹ ਮੈਂ ਬੁਲਾ ਇਸ ਬਗੈਰਤ ਨੂੰ ਬਾਹਰ ਨਾ ਜਾਣ ਲੜਾ ਵਜਾ ਇਹਨੂੰ ਪੁਲਿਸ ਲੱਭਣ ਲਈ ਗੁਆਂਢੀਆਂ ਦੀ ਬਿੱਲੀ ਨਾਲ ਇਹਦੇ ਨਜਾਇਜ਼ ਤਲਕਾ ਦਾ ਤੁਸੀਂ ਤਰੇ ਕਿਤੇ ਮੈਂ ਉਹਦਾ ਜਿੰਗਲ ਆ ਲੈਣਾ
अमरीका तो आई तेरे भरा चंगे दोस्त की बेट बेटी है हो गया हाँ हेलो हाउ आर यू हाउ आर यू माय नेम इज रीना एंड व्हाट इज योर नेम अच्छा जी व्हाट इज योर नेम माय डियर व्हाट इज योर नेम बड़ी दुखी हो रहा था बड़ी दुखी ओ मेरे बोला की आंदी है कहती है डबल शाह मेरे भी पैसे लै गए वो अंग्रेजी जो होर कुछ कह रही है ओ जाना वो कह रही है मेरा नाम रीना है तो तेरा नाम की है अच्छा हाँ क्या नाम है आपका दिस इज द तांगड़ Nice to meet you, Mr. Tangar. Let's shake hands. How are you? Yeah. And then I'll only tell you, Shadi. Oh. Kithe ja ke vad gaya se main. Oh, shayad ke nahi. Oh, ja de bachche bisti hundi. Main samjhaya. Actually. I la. Phir hoyi gal. Tainu pae gaye ne chaske. ਬੱਚੂ ਜਿਸ ਦਿਨ ਅੱਖਾਂ ਦੇ ਵਿੱਚ ਸੂਏ ਵਜੇ ਤੈਨੂੰ ਲੱਗ ਪਤਾ ਜਾਸੀ ਬਦਤਮੀਜ਼ ਮੈਂ ਜੀ ਬੜਾ ਇਹਨੂੰ ਫਿਰ ਹੋਈ ਗੱਲ ਉਸ ਨੂੰ ਲੱਗ ਗਿਆ ਨਾ ਪਤਾ ਮੈਂ ਵੇਖਣ ਡਿਆ ਉਹ ਚੌਥੀ ਚ ਪੜਦਾ ਉਹਨੂੰ ਸਮਝਾਉਣ ਡਿਆ ਸਾਲਿਆ ਆਪ ਹੀ ਮੁੜ ਜਾ ਹਾਂ ਵੈਰੀ ਬੈਡ ਹੁਣ ਵੱਜਿਆ ਹੀ ਨਾ ਝਸਕੇ ਤੇ ਲਿੱਤਰ ਨਾਨਾ ਬਾਤ ਆਇਆ ਸਾਊਦੀ ਅਰਬ ਤੇਰੇ ਨਾਲ ਜਾ ਕੇ ਮੈਂ ਚੋਰੀ ਕਰ ਲਈ ਬੱਤੀ ਹਜ਼ਾਰ ਰੁਪਇਆ ਫੈਸ਼ਨ ਤੇ ਲਾ ਲਿਆ ਸੀ ਤੇ ਚਾਬੀ ਵਾਲਾ ਟੀਕਾ ਨੀ ਸੀ ਲੁਕਾਇਆ ਚਲੋ ਆ ਜਾਓ ਵਾਪਸ ਜ਼ਿਆਦਾਤਰ ਬਚਪਨ ਚ ਲੱਗਦੇ ਬਚਪਨ ਚ ਲੱਗਦੇ ਉਸ ਵੇਲੇ ਏਡੀ ਹੋਸ਼ ਨੀ ਨਾ ਹੁੰਦੀ ਚੱਲ ਝੂਠੀ ਮਤਲਬ ਕੀ ਬਦਤਮੀਜ਼ੀ ਨੀ ਕਰੋ ਗੱਲ ਸੁਣੋ ਹਾਂ ਜਦੋਂ ਤੰਦੂਰ ਬਹੁਤਾ ਗਰਮ ਹੋ ਜਾਂਦਾ ਹਾਂਜੀ ਇਹਦੀ ਮੋਰੀ ਚ ਕੱਪੜਾ ਕਿਉਂ ਧੁੰਦੇ ਰੋਟੀ 4 ਵਜੇ ਹੋ ਗਈ ਢਿੱਡ ਵੱਧ ਕੇ ਬੰਦੇ ਤੇ ਬੰਦਾ ਚੜਨ ਡਿਆ ਤੇਰੀ ਮੰਗੇਤਰ ਹੀਰੋ ਨਿਕਲਿਆ ਹੀਰੋ ਸਾਥੀ ਤੁਸੀਂ ਤੇ ਬੈਠੀਆਂ ਹੀ ਰਹਿਣਾ ਹੁੰਦਾ
ਮੇਰੇ ਕੋ ਬਹੁਤ ਮੈਂ ਖੁਸਰੇ ਲਈ ਪੈਸੇ ਬੜੇ ਮਿਹਨਤ ਮਜ਼ਦੂਰੀ ਕਰਕੇ ਜਮਾ ਕੀਤੇ। ਕਿਸ ਤਰ੍ਹਾਂ? ਮੈਂ ਖੇਤਾਂ ਦੇ ਵਿੱਚ ਖੇਤੀਬਾੜੀ ਕਰਦਾ ਰਿਹਾ। ਅੱਛਾ। ਆ ਇੱਕ ਦਿਨ ਮੈਂ ਖੇਤਾਂ ਦੇ ਵਿੱਚ ਖੇਤੀਬਾੜੀ ਕਰਨ ਦੇ ਆ। ਅੱਛਾ। ਮੈਨੂੰ ਉਤੋਂ ਕਿਸੇ ਨੇ ਵੇਖ ਲਿਆ। ਉਹਨਾਂ ਨੇ ਮੇਰੇ ਤਾਂਗੜ ਨੂੰ ਛੱਡਿਆ ਹੀ ਉਦੋਂ ਜਦੋਂ ਤਾਂਗੜ ਦੀ ਖੇਤੀਬਾੜੀ ਬੰਦ ਹੋ ਗਈ। ਮੈਂ ਤੇ ਤੈਨੂੰ ਦੱਸਿਆ ਸੀ ਵੀ ਸਾਨੂੰ ਕੋਈ ਵੇਖ ਰਿਹਾ। ਪਰ ਤੈਨੂੰ ਗੱਟਾ ਸਮਝ ਆਉਣੀ ਸੀ, ਤੂੰ ਤੇ ਆਈ। ਉਹ ਤੇਰਾ ਬਿੜੇ ਮੂੰਹ ਉਹ ਸ਼ਰਾਰਤ ਵਾਲੀ ਉਂਗਲ। ਹੋਇਆ ਮੈਂ ਤੈਨੂੰ ਖੁਸਰਾ ਮਿਲਾਵਾਂ। ਖੁਸਰਾ ਮਿਲਾ ਦਿਓ ਮੈਨੂੰ, ਮੈਂ ਆਪਣੇ ਪੈਸੇ ਜੋੜੇ ਆ। ਅੱਛਾ, ਖੁਸਰੇ ਨੂੰ ਪੈਸੇ ਦੇਣੇ। ਇੱਕ ਗੱਲ ਦਾ ਤੂੰ ਵੀ ਜ਼ਰਾ ਨਾ ਮੇਰੇ ਕੋਲੋਂ ਪਰਹੇਜ਼ ਕਰਨਾ ਯਾਰ। ਤੱਕ ਵੇ ਕੀ ਕਹਿੰਦਾ ਤੇਰਾ ਐਡਾ ਲੰਮਾ ਨੱਕ ਵੇ, ਪਰੇ ਪਰੇ ਰਵੀ ਦਿਲਦਾਰ ਵੇ, ਨੱਕ ਤੇਰਾ ਮੂੰਹ ਤੋਂ ਕਿੰਨਾ ਪਾਰ ਵੇ, ਲਾ ਲਾ ਤਵੇ ਮੈਨੂੰ ਟੱਕ ਵੇ। ਜਿਸ ਵੇਲੇ ਮੇਰੇ ਨੱਕ ਨੂੰ ਹੱਥ ਲਾਨਾ ਹਲਕਾ ਹਲਕਾ ਮਜ਼ਾ ਤੇ ਆਉਂਦਾ ਹੋਣਾ।